ਟੁਡੇ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਹੁਣ ਹਰ ਖਬਰ ਤੁਹਾਡੇ ਤੱਕ ਮੈਂ ਸਾਰੀ ਸੰਗਤ ਨੂੰ ਵਧਾਈ ਦਿੰਨਾ ਕਿ ਅਸੀਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਸਿਰਫ ਧਾਰਮਿਕ ਪਾਰਟੀਆਂ ਹੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਉਸ ਮੁਹਿੰਮ ਦੇ ਵਿੱਚ ਬਹੁਤ ਵੱਡੀ ਸਫਲਤਾ ਹੁਣ ਅੱਜ ਮਿਲੀ ਹੈ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿਹੜੀਆਂ ਪਾਰਟੀਆਂ ਲੜ ਸਕਦੀਆਂ ਉਹਨਾਂ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਛੇ ਪਾਰਟੀਆਂ ਨੂੰ ਮਾਨਤਾ ਮਿਲੀ ਹੈ ਉਹਨਾਂ ਨੂੰ ਰੈਕਗਨਾਈਜ਼ਡ ਰਿਲੀਜੀਅਸ ਪਾਰਟੀ ਦੇ ਤੌਰ ਦੇ ਉੱਤੇ ਛੇ ਪਾਰਟੀਆਂ ਨੂੰ ਮਾਨਤਾ ਮਿਲੀ ਹੈ ਅਤੇ ਉਹਨਾਂ ਵਿੱਚ ਅਕਾਲੀ ਦਲ ਬਾਦਲ ਨਹੀਂ ਹੈ ਅਕਾਲੀ ਦਲ ਬਾਦਲ ਨੂੰ ਮਾਨਤਾ ਨਹੀਂ ਦਿੱਤੀ ਨੋਟੀਫਿਕੇਸ਼ਨ ਜਾਰੀ ਹੋ ਗਈ ਆ ਅਤੇ ਉਹ ਛੇ ਪਾਰਟੀਆਂ ਨੇ ਜਿਹੜੀਆਂ ਉਹਦੇ 'ਚ ਸਰਨਾ ਦਾ ਅਕਾਲੀ ਦਲ ਆ ਜੋ ਮਨਜੀਤ ਜੀ ਕੇ ਦੀ ਪਾਰਟੀ ਆ ਉਹ ਆ ਭਾਈ ਰਣਜੀਤ ਸਿੰਘ ਦੀ ਪਾਰਟੀ ਉਹ ਆ ਆਮ ਅਕਾਲੀ ਦਲ ਆ ਗੁਰਵਿੰਦਰ ਸਿੰਘ ਸੈਣੀ ਦਾ ਜਿਹਨਾਂ ਵੱਲੋਂ ਇਹ ਕੇਸ ਚੱਲ ਰਿਹਾ ਕੋਰਟ ਵਿੱਚ ਅਤੇ ਉਹ ਅਤੇ ਨਾਲ ਦੋ ਪਾਰਟੀਆਂ ਹੋਰ ਨੇ ਪਰ ਜੋ ਅਕਾਲੀ ਦਲ ਬਾਦਲ ਉਹ ਲਿਸਟ ਵਿੱਚ ਨਹੀਂ ਹੈ ਇਸ ਦਾ ਮਤਲਬ ਇਹ ਅਕਾਲੀ ਦਲ ਬਾਦਲ ਨੂੰ ਇਹ ਮਾਨਤਾ ਨਹੀਂ ਮਿਲੀ ਅਤੇ ਇਹ ਮੁਹਿੰਮ ਜਿਹੜੀ ਅਸੀਂ ਸ਼ੁਰੂ ਕੀਤੀ ਸੀ ਕਿ ਅਸੀਂ ਸਿਆਸਤ ਨੂੰ ਆਪਣੇ ਗੁਰਦੁਆਰਿਆਂ 'ਚੋਂ ਬਾਹਰ ਕੱਢਣਾ ਇੱਕ ਬਹੁਤ ਵੱਡਾ ਇਸ ਪਾਸੇ ਨੂੰ ਇਹ ਸਾਡਾ ਕਦਮ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੁਣ ਆਮ ਤੌਰ 'ਤੇ ਕਈ ਸੰਗਤ ਜਾਣਨਾ ਚਾਹੁੰਦੇ ਆ ਇਹਦੀ ਬੈਕਗਰਾਊਂਡ ਮੈਂ ਤੁਹਾਨੂੰ ਵੈਸੇ ਪਹਿਲਾਂ ਦੱਸੀ ਆ ਪਰ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਜਿਹੜਾ ਉਹ ਹੈਗਾ ਜੋ ਕੋਰਟ ਵਿੱਚ ਕੇਸ ਪਾਇਆ ਸੀ ਦੇਖੋ ਇਹ ਰੌਲਾ ਇਹਨਾਂ ਦਾ ਹਰ ਵਾਰੀ ਪੈਂਦਾ 2012 ਦੇ ਇਲੈਕਸ਼ਨ 'ਚ ਵੀ ਪਿਆ ਸੀ ਕਿ ਧਾਰਮਿਕ ਪਾਰਟੀ ਤਾਂ ਹੈ ਨਹੀਂ ਇਹਨੂੰ ਧਾਰਮਿਕ ਪਾਰਟੀ ਦੇ ਤੌਰ ਦੇ ਉੱਤੇ ਇਹਨੂੰ ਮਾਨਤਾ ਕਿਵੇਂ ਦਿੱਤੀ ਜਾਏ 2017 'ਚ ਫਿਰ ਰੌਲਾ ਪਿਆ ਸੀ ਪਰ ਇਹ ਆਪਣਾ ਜੋ ਆਪਣਾ ਇਨਫਲੂਐਂਸ ਯੂਜ਼ ਕਰਕੇ ਆਪਣੀ ਪੋਲੀਟੀਕਲ ਪਾਵਰ ਵਰਤ ਕੇ ਇਹ ਇਹ ਹਮੇਸ਼ਾ ਦੀ ਹਮੇਸ਼ਾ ਇਹ ਕਾਮਯਾਬ ਹੁੰਦੇ ਰਹੇ ਕਿ ਇਹ ਮਾਨਤਾ ਲੈ ਜਾਣ ਪਰ ਜੋ ਰਿੱਟ ਪਾਈ ਕੋਰਟ ਵਿੱਚ 2017 ਵਿੱਚ ਗੁਰਵਿੰਦਰ ਸਿੰਘ ਸੈਣੀ ਆਮ ਅਕਾਲੀ ਦਲ ਵਾਲਿਆਂ ਨੇ ਉਹਨਾਂ ਦੀ ਰਿੱਟ ਦਾ ਸਦਕਾ ਸੀ ਇਹ ਕਿਉਂਕਿ ਜਦੋਂ ਮੈਂ ਵੀ ਉਸ ਰਿੱਟ 'ਚ ਵੀ ਪੇਸ਼ ਹੋ ਰਿਹਾ ਉਹ ਰਿੱਟ ਦਾ ਸਦਕਾ ਸੀ ਹਾਈ ਕੋਰਟ ਦਾ ਪ੍ਰੈਸ਼ਰ ਸੀ ਦਬਾਅ ਇਸ ਵਾਰੀ ਕਿ ਕਾਮਯਾਬ ਨਹੀਂ ਹੋ ਸਕੇ ਨਹੀਂ ਤਾਂ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਕਾਮਯਾਬ ਇਹ ਹੁੰਦੇ ਰਹੇ ਆ ਹੁਣ ਜਿਹੜੇ ਕਈ ਸੰਗਤ 'ਚੋਂ ਕਈਆਂ ਲੋਕਾਂ ਨੇ ਪੁੱਛਿਆ ਕਿ ਇਹਨਾਂ ਦੇ ਕੋਲ ਹੁਣ ਕੀ ਚਾਰਾ ਕੀ ਆ ਕੀ ਇਹ ਕਰ ਸਕਦੇ ਆ ਦੇਖੋ ਇੱਕ ਤਾਂ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਆ ਕੇ ਇਹਨੂੰ ਜੋ ਡਾਇਰੈਕਟਰ ਨੇ ਇਹਨਾਂ ਨੂੰ ਚਿੱਠੀ ਲਿਖੀ ਸੀ ਨੋਟਿਸ ਦਿੱਤਾ ਸੀ ਕਿ ਤੁਸੀਂ ਇਹ ਸਾਬਤ ਕਰੋ ਕਿ ਤੁਸੀਂ ਧਾਰਮਿਕ ਪਾਰਟੀ ਹੋ ਉਸ ਨੂੰ ਚੈਲੇਂਜ ਕੀਤਾ ਸੀ ਹਾਈ ਕੋਰਟ 'ਚੋਂ ਕੋਈ ਇਹਨਾਂ ਨੂੰ ਰਾਹਤ ਨਹੀਂ ਮਿਲੀ ਕੱਲ੍ਹ ਵੀ ਇਹ ਕੋਸ਼ਿਸ਼ ਕਰਦੇ ਰਹੇ ਅੱਜ ਵੀ ਕੋਸ਼ਿਸ਼ ਕਰਦੇ ਰਹੇ ਕਰ ਰਹੇ ਆ ਹਾਈ ਕੋਰਟ 'ਚੋਂ ਕੋਈ ਰਾਹਤ ਨਹੀਂ ਹੈ ਇਹਨਾਂ ਨੂੰ ਅਜੇ ਤੱਕ ਹੁਣ ਨੋਟੀਫਿਕੇਸ਼ਨ ਇਲੈਕਸ਼ਨ ਦੀ ਵੀ ਜਾਰੀ ਹੋ ਚੁੱਕੀ ਆ ਜਦੋਂ ਮੇਨ ਇਲੈਕਸ਼ਨ ਦੀ ਨੋਟੀਫਿਕੇਸ਼ਨ ਅਤੇ 25 ਅਪ੍ਰੈਲ ਨੂੰ ਚੋਣਾਂ ਨੇ ਨੋਰਮਲੀ ਕੋਰਟਾਂ ਇੰਟਰਫੀਅਰ ਨਹੀਂ ਕਰਦੀਆਂ ਤਾਂ ਕੋਰਟ ਵਿੱਚੋਂ ਇਹਨਾਂ ਨੂੰ ਹੁਣ ਕੋਈ ਰਾਹਤ ਮਿਲਣ ਦੀ ਬਹੁਤ ਘੱਟ ਉਮੀਦਾਂ ਦੂਜਾ ਇਹ ਕੀ ਕਰ ਸਕਦੇ ਆ ਕਿ ਜੋ ਇਹ ਛੇ ਪਾਰਟੀਆਂ ਜਿਨ੍ਹਾਂ 'ਚੋਂ ਨੂੰ ਚੋਣ ਨਿਸ਼ਾਨ ਮਿਲਿਆ ਜਿਨ੍ਹਾਂ ਨੂੰ ਮਾਨਤਾ ਮਿਲੀ ਆ ਉਹਨਾਂ 'ਚੋਂ ਇਹ ਕਿਸੇ ਨਾ ਕਿਸੇ ਪਾਰਟੀ ਨੂੰ ਉਹਨਾਂ ਨੂੰ ਟੇਕ ਓਵਰ ਕਰ ਸਕਦੇ ਆ ਉਹ ਕੋਸ਼ਿਸ਼ ਕਰ ਸਕਦੇ ਆ ਦੇਖੋ 2-4-5 ਕਰੋੜ ਇਹਨਾਂ ਵਾਸਤੇ ਕੋਈ ਵੱਡੀ ਚੀਜ਼ ਨਹੀਂ ਉਹ ਵੀ ਮਤਲਬ ਕਿ ਉਹ ਇਹ ਅਗਲੇ ਪਾਸੇ ਇਹ ਕੋਸ਼ਿਸ਼ ਕਰਨਗੇ ਪਰ ਮੈਨੂੰ ਪੂਰੀ ਉਮੀਦ ਆ ਕਿ ਜਿਹੜੇ 6 ਦੇ 6 ਜਿਹੜੀਆਂ ਪਾਰਟੀਆਂ ਨੂੰ ਜਿਹਨਾਂ ਬੰਦਿਆਂ ਨੂੰ ਮਾਨਤਾ ਮਿਲੀ ਹੈ ਉਹ 6 ਦੇ 6 ਇਹੋ ਜਿਹੇ ਨੇ ਜਿਹੜੇ ਕਿ ਇਹ ਇਹਨਾਂ ਦੇ ਨਾਲ ਕੋਈ ਸਮਝੌਤਾ ਕਰਨ ਵਾਲੇ ਨਹੀਂ ਹਨ ਅਤੇ ਹੁਣ ਇਹਦਾ ਮਤਲਬ ਕਿ ਇਹਨਾਂ ਦੇ ਸਿਰਫ ਇੰਡੀਪੈਂਡੈਂਟ ਕੈਂਡੀਡੇਟ ਹੀ ਖੜ੍ਹੇ ਹੋਣਗੇ ਹੋ ਜਾਣ ਇਹਨਾਂ ਦਾ ਹੱਕ ਇੰਡੀਪੈਂਡੈਂਟ ਕਿਸੇ ਦਾ ਵੀ ਹੱਕ ਬਣਦਾ ਸਾਡਾ ਮਤਲਬ ਸੀ ਜਿਹੜੀ ਕਿ ਇੱਕ ਪੋਲੀਟੀਕਲ ਪਾਰਟੀ ਪੂਰੀ ਪੋਲੀਟੀਕਲ ਪਾਰਟੀ ਉਹ ਗੁਰਦੁਆਰੇ ਦੇ ਇਲੈਕਸ਼ਨਾਂ ਦੇ ਵਿੱਚ ਉਹ ਨਹੀਂ ਲੜਨੀ ਚਾਹੀਦੀ ਉਹਨੂੰ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਉਹਦੇ 'ਚ ਅਸੀਂ ਕਾਮਯਾਬ ਹੋਏ ਹਾਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਗੁਰੂ ਮਹਾਰਾਜ ਨੇ ਅੱਜ ਇਹ ਸਾਨੂੰ ਇਹ ਜੋ ਕਾਮਯਾਬੀ ਬਖਸ਼ੀ ਆ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਔਰ ਅੱਗੇ ਵੀ ਗੁਰੂ ਮਹਾਰਾਜ ਦੀ ਅੱਗੇ ਇਹੀ ਬੇਨਤੀ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਕਿ SGPC 'ਚ ਵੀ ਸਾਨੂੰ ਇਸੇ ਤਰ੍ਹਾਂ ਕਰਕੇ ਇਹ ਕਾਮਯਾਬੀ ਬਖਸ਼ਣ ਤਾਂ ਕਿ SGPC 'ਚੋਂ ਵੀ ਅਸੀਂ ਇਸ ਸਿਆਸਤ ਨੂੰ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋਈਏ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ